ਅਨਾਊਂਸਮੈਂਟ ਖਤਮ ਹੋਈ ਹੋਈ ਫਿਰ ਮੈਂ ਸ਼ੁਰੂ ਕਰਾਂ ਚਕਾਰਾ ਕਲਗੀਧਰ ਪਾਤਸ਼ਾਹ ਦੇਣ ਜਿਸ ਕਲਗੀਧਰ ਪਾਤਸ਼ਾਹ ਨੇ ਸਾਨੂੰ ਬਣਾਇਆ ਕੌਮ ਦੀ ਸਿਰਜਣਾ ਕੀਤੀ ਉਹਨਾਂ ਨੇ ਕਦੀ ਇੱਕ ਵਾਰੀ ਵੀ ਨੀ ਕਿਹਾ ਕਿ ਮੇਰੀ ਪੂਜਾ ਜੈਕਾਰ ਕਰੋ ਉਹਨਾਂ ਨੇ ਚਾਹਿਆ ਕਿ ਤੁਸੀਂ ਉਸ ਗੁਰੂ ਦੀ ਜੈਕਾਰ ਕਰੋ ਉਸ ਵਾਹਿਗੁਰੂ ਦੀ ਬਖਸ਼ ਪ੍ਰਾਪਤ ਕਰੋ ਜਿਸ ਵਾਹਿਗੁਰੂ ਨੇ ਇਸ ਸਿੱਖ ਪੰਥ ਵਿੱਚ ਇਤਨੀਆਂ ਬਖਸ਼ਾਂ ਦਿੱਤੀਆਂ ਬੇਨਤੀ ਕੀਤੀ ਆਪ ਨੂੰ ਇਸੇ ਕਰਕੇ ਆਓ ਜੈਕਾਰਾ ਛੱਡ ਕੇ ਇਸ ਕਾਲਜ ਤੋਂ ਬਾਹਰ ਨਿਕਲ ਕੇ ਅਰਵਿੰਦ ਦੀਆਂ ਸੜਕਾਂ ਤੱਕ ਔਰ ਲਖਨਊ ਤੱਕ ਇਤਨੀ ਦੂਰ ਤੱਕ ਜ਼ਰੂਰ ਪਹੁੰਚੋ ਕਿ ਪਤਾ ਲੱਗੇ ਕਿ ਸੰਵਾਦ ਵਿੱਚ ਸਿੱਖ ਸੰਗਤ ਬੈਠੀ ਹੈ ਸਿੱਖ ਸੰਗਤ ਦਾ ਬੈਠਣਾ ਸਿੰਘ ਸੰਗਤ ਦਾ ਆਉਣਾ ਸਿੱਖਾਂ ਦੀ ਆਪਣੀ ਵਾਇਸ਼ ਇਹ ਸਾਰੀਆਂ ਗੱਲਾਂ ਦਾ ਬਾਹਰਲੇ ਦੁਨੀਆਂ ਨੂੰ ਤਾਂ ਹੀ ਪਤਾ ਲੱਗੇਗਾ ਜਿਸ ਆਪਣੇ ਜੈਕਾਰੇ ਵਿੱਚ ਇੱਕ ਵਾਰੀ ਆਪ ਜ਼ਰੂਰ ਜੋਸ਼ ਪੜਨ ਦੀ ਕੋਸ਼ਿਸ਼ ਕਰੋਗੇ ਆਪਨੇ ਮਾਨੀ ਰਾਜਨਾਥ ਸਿੰਘ ਜੀ ਵਾਸਤੇ ਉਹਨਾਂ ਦੇ ਕੀਤੇ ਹੋਏ ਕੰਮਾਂ ਦੇ ਬਾਰੇ ਉਹਨਾਂ ਦੇ ਆਪਣੇ ਜੀਵਨ ਦੇ ਬਾਰੇ ਉਹਨਾਂ ਦੀ ਜਿੱਤ ਦੇ ਬਾਰੇ ਕਿੰਨੇ ਵੋਟਾਂ ਨਾਲ ਉਹਨਾਂ ਨੂੰ ਜਿਤਾਉਣਾ ਹੈ ਇਸ ਦੇ ਬਾਰੇ ਬਹੁਤ ਸਾਰੀਆਂ ਵਿਚਾਰਾਂ ਸ਼ਾਮਿਲ ਕੀਤੀਆਂ ਹਨ ਔਰ ਜਿੱਥੇ ਸਤਪਾਲ ਸਿੰਘ ਵੀ ਜੋੜ ਕੇ ਬੁਲਾ ਰਹੇ ਹੋਣ ਜਿੱਥੇ ਸਰਦਾਰ ਨਿਰਮਲ ਸਿੰਘ ਜੀ ਵਰਗੇ ਬੁਲਾ ਰਹੇ ਹੋਣ ਤੇ ਦਾਸਤਾ ਖੜਾ ਹੋਣਾ ਬਿਲਕੁਲ ਜਾਇਜ਼ ਨਹੀਂ ਹੈ ਮੈਂ ਬੇਨਤੀ ਕਰਾਂਗਾ ਸਰਦਾਰ ਨਿਰਮਲ ਸਿੰਘ ਜੀ ਨੂੰ ਜਿਨ੍ਹਾਂ ਨੇ ਸ਼ਰਤ ਰੱਖਤੀ ਸੀ ਕਿ ਨਹੀਂ ਪਹਿਲੇ ਆ ਜਾਓ ਦਾਸ ਤੇ ਹੁਣ ਆ ਗਿਆ ਦਾਸ ਹੁਣ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ